ਦੋਸਤੋ ਨਮਸਕਾਰ ਮੈਂ ਅੱਜ ਆਇਆ ਤੁਹਾਡੇ ਕੋਲ ਸਿਡਬੀ ਦੀ ਇੱਕ ਐਸੀ ਸਕੀਮ ਦੀ ਜਾਣਕਾਰੀ ਦੇਣ ਲਈ ਜੋ ਨਵੇਂ ਐਂਟਰਪ੍ਰਨਰਸ ਦੇ ਲਈ ਹੈ ਦੋਸਤੋ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀ ਜੋ ਐਗਜ਼ਿਸਟਿੰਗ ਐਂਟਰਪ੍ਰਨਿਓਰ ਨੇ ਔਰ 2 ਸਾਲ ਤੋਂ ਆਪਣਾ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਲੋਨ ਕਿਵੇਂ ਮਿਲ ਸਕਦਾ ਹੈ ਬਹੁਤ ਘੱਟ ਵਿਆਜ ਦਰਾਂ ਤੇ ਔਰ ਦੋਸਤੋ ਇਸ ਵੀਡੀਓ ਦੇ ਬਾਅਦ ਜੋ ਵੀਡੀਓ ਮੈਂ ਤੁਹਾਨੂੰ ਇੱਥੇ ਪੋਸਟ ਕਰਾਂਗਾ ਉਹ ਹੋਏਗੀ ਕਿ ਅਰਾਇਜ਼ ਲੋਨ ਜੋ ਮੈਂ ਪਹਿਲਾਂ ਦੱਸਿਆ ਸੀ ਔਰ ਜਿਸ ਸਕੀਮ ਦੇ ਬਾਰੇ ਮੈਂ ਅੱਜ ਗੱਲ ਕਰ ਰਿਹਾ ਹਾਂ ਸਥਾਪਨ ਉਹ ਸਕੀਮ ਨੂੰ ਤੁਸੀਂ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ ਤੇ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਹ ਬੈਲ ਦਬਾ ਦਿਓ ਕਿਉਂਕਿ ਇਸ ਵੀਡੀਓ ਦੇ ਬਾਅਦ ਜਿੱਦਾਂ ਹੀ ਮੈਂ ਪੋਸਟ ਕਰਾਂ ਆਪਣੀ ਵੀਡੀਓ ਕਿ ਹੁਣ ਸਕੀਮ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਹੈ ਪਰ ਆਨਲਾਈਨ ਕਿਵੇਂ ਇਸ ਲੋਨ ਨੂੰ ਅਪਲਾਈ ਕਰ ਸਕਦੇ ਹੋ ਆਪਣੇ ਘਰਿਆਂ ਆਫਿਸ ਵਿੱਚ ਬੈਠ ਕੇ ਤੁਰੰਤ ਤੁਹਾਡੇ ਕੋਲ ਇੱਕ ਨੋਟੀਫਿਕੇਸ਼ਨ ਆ ਜਾਏ ਦੋਸਤੋ ਇਹ ਕੰਮ ਤੁਸੀਂ ਮੇਰਾ ਕਰ ਦਿੱਤਾ ਆਪਣਾ ਵੀ ਤੇ ਮੇਰਾ ਵੀ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਦੇ ਬਾਅਦ ਇਸ ਬੈਲ ਨੂੰ ਦਬਾ ਦਿੱਤਾ ਚਲੋ ਚੱਲਦੇ ਹਾਂ ਦੋਸਤੋ ਮੈਂ ਕੁਝ ਤੁਹਾਨੂੰ ਵਧੀਆ ਇਨਫੋਰਮੇਸ਼ਨ ਦੇਣਾ ਵਾਂ ਸਿਡਬੀ ਨੇ ਅਨਾਉਂਸ ਕੀਤੀ ਹੈ ਦੋਸਤੋ ਇਹ ਸਕੀਮ ਸਥਾਪਨ ਇਸ ਦਾ ਨਾਮ ਹੈ ਸਿਡਬੀ థিমেਟੀਕਲ ਅਸਿਸਟੈਂਸ ਫਾਰ ਪਰਚੇਸ ਆਫ ਕੈਪੀਟਲ ਐਸੈਟਸ ਇਨ ਨਿਊ ਐਂਟਰਪ੍ਰਾਈਜ਼ਸ ਜੀ ਹਾਂ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਅੱਜ ਦੱਸਾਂਗਾ ਨਵੇਂ ਐਂਟਰਪ੍ਰਨੀਅਰ ਅਗਰ ਤੁਸੀਂ ਹੋ ਤਾਂ ਤੁਹਾਨੂੰ ਕਿਵੇਂ ਲੋਨ ਦੇ ਰਿਹਾ ਹੈ ਸਿਡਬੀ ਇਸ ਸਥਾਪਨ ਸਕੀਮ ਦੇ ਅੰਤਰਗਤ ਦੋਸਤੋ ਮੈਂ ਦੱਸਦਾ ਤੁਹਾਨੂੰ ਕਿ ਇਸ ਲੋਨ ਨੂੰ ਲੈਣ ਦੀ ਐਲੀਜੀਬਿਲਟੀ ਕੀ ਹੈ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਨਿਊ ਐਂਟੀਟੀਆਂ ਨੇ ਗ੍ਰੀਨਫੀਲਡ ਯੂਨਿਟ ਨੇ ਉਹਨਾਂ ਲੋਕਾਂ ਨੂੰ ਉਹਨਾਂ ਐਂਟਰਪ੍ਰਾਈਜ਼ਸ ਨੂੰ ਲੋਨ ਜ਼ਰੂਰ ਮਿਲੇਗਾ ਦੋਸਤੋ ਨਾਲ ਹੀ ਇਥੇ ਏ ਵੀ ਕਹਿ ਦਿੱਤਾ ਗਿਆ ਹੈ ਦੇਖੋ ਐਂਟਰਪ੍ਰਾਈਜ਼ ਤੇ ਤੁਸੀਂ ਨਵੀਂ ਲਗਾ ਲਓ ਐਸਾ ਨਾ ਹੋਵੇ ਕਿ ਜਿਸ ਪ੍ਰੋਮੋਟਰ ਨਾਲ ਤੁਸੀਂ ਇਹ ਯੂਨਿਟ ਲਗਾ ਰਹੇ ਹੋ ਉਹ ਵੀ ਨਵਾਂ ਹੋਵੇ ਤੇ ਉਹਨੂੰ ਵੀ ਕੋਈ ਐਕਸਪੀਰੀਅੰਸ ਨਾ ਹੋਵੇ ਪ੍ਰੋਮੋਟਰ ਦਾ ਜੋ ਐਕਸਪੀਰੀਅੰਸ ਹੈ ਉਹ ਘੱਟੋ ਘੱਟ 5 ਸਾਲ ਹੋਣਾ ਚਾਹੀਦਾ ਹੈ ਔਰ ਨਾਲ ਹੀ ਤੁਹਾਨੂੰ ਆਪਣਾ ਮਾਰਜਨ ਵੀ ਲਗਾਉਣਾ ਪਏਗਾ ਜੋ ਘੱਟੋ ਘੱਟ 25% ਹੋਏਗਾ ਯਾਨੀ ਦੋਸਤੋ ਇਸ ਦੀ ਜੋ ਐਲੀਜੀਬਿਲਟੀ ਹੈ ਨਿਊ ਐਂਟਰਪ੍ਰਾਈਜ਼ਸ ਉਹ ਗ੍ਰੀਨਫੀਲਡ ਯੂਨਿਟ ਉਹ ਤੁਹਾਨੂੰ ਲੋਨ ਜ਼ਰੂਰ ਮਿਲੇਗਾ ਪਰ ਜੋ ਪ੍ਰੋਮੋਟਰ ਨੇ ਉਹਨਾਂ ਦਾ ਘੱਟੋ-ਘੱਟ 5 ਸਾਲ ਦਾ ਤਜਰਬਾ ਜ਼ਰੂਰੀ ਹੈ। ਜਾਂ ਤੁਹਾਡੇ ਕੋਲ ਕੋਈ ਬਿਜ਼ਨਸ ਐਕਸਪੀਰੀਅੰਸ ਹੋਵੇ ਤੇ ਨਾਲ ਪੈਸਾ ਵੀ ਹੋਵੇ। ਪ੍ਰੋਮੋਟਰ ਮਾਰਜਿੰਗ ਦੇ ਰੂਪ ਵਿੱਚ ਜੋ ਤੁਹਾਡੀ ਕੋਸਟ ਦਾ 25% ਹਿੱਸਾ ਹੋਵੇ। ਦੋਸਤੋ ਇੱਥੇ ਸਿਡਬੀ ਨੇ ਕੁਝ ਟਾਰਗੇਟ ਸੈਕਟਰ ਵੀ ਦੱਸ ਦਿੱਤੇ ਨੇ। ਜਿਨ੍ਹਾਂ ਲਈ ਉਹ ਕਹਿ ਰਹੇ ਨੇ ਕਿ ਭਈਆ ਅਸੀਂ ਖਾਸ ਤੌਰ ਤੇ ਦੇਖੋ ਇਹਨਾਂ ਸੈਕਟਰਾਂ ਨੂੰ ਹੀ ਇਹ ਲੋਨ ਦੇਣ ਲਈ ਬਹੁਤ ਜ਼ਿਆਦਾ ਇੱਛੁਕ ਹਾਂ। ਯਾਨੀ ਦੋਸਤੋ ਤੁਸੀਂ ਕੁਝ ਐਸਾ ਯੂਨਿਟ ਸੈਟਅਪ ਕਰਨਾ ਚਾਹੁੰਦੇ ਹੋ ਜਿਸ ਸੈਕਟਰ ਨੂੰ ਭਾਰਤ ਸਰਕਾਰ ਨੇ ਆਡੈਂਟੀਫਾਈ ਕਰ ਦਿੱਤਾ ਹੈ ਫॉर ਦਾ ਪਰਪਸ ਆਫ ਪੀਐਲਆਈ ਯਾਨੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵਸ ਸਕੀਮ ਦੋਸਤੋ ਇਹ ਕਿਹੜੇ ਕਿਹੜੇ ਸੈਕਟਰ ਨੇ ਜਿਹੜੇ ਜੋ ਪ੍ਰੋਡਕਸ਼ਨ ਲਿੰਕ ਇਨਸੈਂਟਿਵ ਚਾਹੁੰਦੇ ਨੇ ਪੀਐਲਆਈ ਸਕੀਮ ਚ ਨੇ ਇਸਦੇ ਲਈ ਵੀ ਮੈਂ ਜਲਦੀ ਤੁਹਾਡੇ ਕੋਲ ਆਉਂਗਾ ਆਪਣੀ ਇੱਕ ਨਵੀਂ ਵੀਡੀਓ ਲੈ ਕੇ ਜਿਸ ਵਿੱਚ ਮੈਂ ਦੱਸਾਂਗਾ ਕਿ ਕਿਹੜੇ ਕਿਹੜੇ ਸੈਕਟਰ ਪੀਐਲਆਈ ਦੇ ਅੰਦਰ ਆਉਂਦੇ ਨੇ ਲੇਕਿਨ ਹੁਣ ਤੱਕ ਤੁਸੀਂ ਇਹ ਗੱਲ ਸਮਝ ਲਓ ਕਿ ਪੀਐਲਆਈ ਦੇ ਅੰਦਰ ਕਿਹੜੇ ਕਿਹੜੇ ਸੈਕਟਰ ਨੇ ਜਿਹੜੇ ਸਰਕਾਰ ਨੇ ਆਈਡੈਂਟੀਫਾਈ ਕਰ ਦਿੱਤੇ ਨੇ ਦੋਸਤੋ ਉਹਨਾਂ ਸੈਕਟਰ ਲਈ ਸਿਧ ਵੀ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਲੋਨ ਦੇਵਾਂਗੇ ਇਸ ਦੇ ਇਲਾਵਾ ਦੋਸਤੋ ਕੋਈ ਹਾਈ ਗ੍ਰੋਥ ਸੈਕਟਰ ਲੱਗਦਾ ਹੈ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਹੁਤ ਗ੍ਰੋਥ ਦੇ ਚਾਂਸਸ ਨੇ ਉਹਨਾਂ ਲਈ ਵੀ ਸਿਡਬੀ ਕਹਿ ਰਿਹਾ ਹੈ ਕਿ ਉਹਨਾਂ ਨੂੰ ਵੀ ਲੋਨ ਮਿਲ ਸਕਦਾ ਹੈ ਦੋਸਤੋ ਇਸ ਦੇ ਇਲਾਵਾ ਕੋਈ ਸਨਰਾਈਜ਼ ਸੈਕਟਰ ਨੇ ਜਾਂ ਕੋਈ ਹੋਰ ਬਹੁਤ ਇੰਪੋਰਟੈਂਟ ਸੈਕਟਰ ਨੇ ਔਰ ਜਿਨ੍ਹਾਂ ਤੋਂ ਲੱਗਦਾ ਹੈ ਕਿ ਦੇਸ਼ ਨੂੰ ਇਨ੍ਹਾਂ ਪ੍ਰੋਡਕਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਨ੍ਹਾਂ ਸੈਕਟਰਸ ਨੂੰ ਵੀ ਸਿਡਬੀ ਬੜੇ ਆਰਾਮ ਨਾਲ ਲੋਨ ਦੇ ਸਕਦਾ ਹੈ ਦੋਸਤੋ ਇੱਥੇ ਸਕੀਮ ਦੇ ਅੰਤਰਗਤ ਤੁਹਾਨੂੰ ਲੋਨ ਮਿਲ ਰਿਹਾ ਹੈ 20 ਕਰੋੜ ਰੁਪਏ ਤੱਕ ਜੀ ਹਾਂ ਦੋਸਤੋ 20 ਕਰੋੜ ਦਾ ਲੋਨ ਤੁਹਾਨੂੰ ਮਿਲ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਜੋ ਲੋਨ ਮਿਲੇਗਾ ਉਹਦੇ ਵਿੱਚ 25% ਤੱਕ ਦਾ ਤੁਹਾਡੇ ਕੋਲ ਮਾਰਜਨ ਹੋਵੇਗਾ ਔਰ 75% ਤੱਕ ਲੋਨ ਸਿਡ ਵੀ ਤੁਹਾਨੂੰ ਦੇ ਦੇਗੀ ਇਸ ਸਕੀਮ ਦੇ ਅੰਤਰਗਤ ਪਰ ਦੋਸਤੋ ਇਸ ਵਿੱਚ ਵੀ ਤੁਹਾਨੂੰ ਜਲਦੀ ਕਰਨੀ ਹੋਏਗੀ ਕਿਉਂਕਿ ਤੁਹਾਨੂੰ ਸੈਂਕਸ਼ਨ ਕਰਵਾਉਣਾ ਪਏਗਾ 31 ਮਾਰਚ 2022 ਤੋਂ ਪਹਿਲਾਂ ਪਹਿਲਾਂ ਸੋ ਦੋਸਤੋ ਜੇਕਰ ਤੁਸੀਂ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ 31 ਮਾਰਚ 2022 ਤੋਂ ਪਹਿਲਾਂ ਪਹਿਲਾਂ ਆਪਣਾ ਲੋਨ ਸੈਂਕਸ਼ਨ ਕਰਵਾ ਲਵੋ ਔਰ ਦੋਸਤੋ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਮੈਂ ਪੋਸਟ ਕਰਨ ਵਾਲਾ ਹਾਂ ਜਿਸ ਵਿੱਚ ਮੈਂ ਇਹ ਦੱਸਾਂਗਾ ਕਿ ਲੋਨ ਤੇ ਅਪਲਾਈ ਕਰਨਾ ਹੈ 31 ਮਾਰਚ 2022 ਤੋਂ ਪਹਿਲਾਂ-ਪਹਿਲਾਂ ਪਰ ਇਸ ਸਕੀਮ ਦਾ ਫਾਇਦਾ ਲੈਣ ਲਈ ਮੈਂ ਤੁਹਾਨੂੰ ਦੱਸਾਂਗਾ ਕਿ ਲੋਨ ਅਪਲਾਈ ਕਿਵੇਂ ਕਰਨਾ ਸਟੈਪ ਬਾਈ ਸਟੈਪ ਪ੍ਰੋਸੈਸ ਇਸ ਲੋਨ ਨੂੰ ਅਪਲਾਈ ਕਰਨ ਦਾ ਦੋਸਤੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਘਰ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਮੇਰੇ ਨਾਲ ਲੋਨ ਅਪਲਾਈ ਕਰੋਗੇ ਕਿਉਂਕਿ ਆਨਲਾਈਨ ਲੋਨ ਦੀ ਫੈਸਿਲਿਟੀ ਸਿਡਬੀ ਸਾਨੂੰ ਦੇ ਰਿਹਾ ਹੈ ਦੋਸਤੋ ਇੱਥੇ ਵੀ ਇੰਟਰਸਟ ਰੇਟ ਬਹੁਤ ਹੀ ਚਾਰਮਿੰਗ ਅਤੇ ਅਟਰੈਕਟਿਵ ਹੈ ਦੋਸਤੋ ਇੱਥੇ ਕਹਿ ਦਿੱਤਾ ਹੈ ਸਿਡਬੀ ਨੇ 6% ਤੋਂ 7.3% ਤੱਕ ਦਾ ਫਰਸਟ ਈਅਰ ਵਿਆਜ ਦਰ ਹੋਏਗੀ ਔਰ ਉਸ ਤੋਂ ਬਾਅਦ ਅਗਲੇ ਸਾਲ ਅਸੀਂ ਇਹਨੂੰ ਫੇਰ ਤੋਂ ਰੀਸੈਟ ਕਰ ਸਕਦੇ ਹਾਂ ਬੇਸਡ ਔਨ ਯੋਰ ਕ੍ਰੈਡਿਟ ਸਕੋਰ ਦੋਸਤੋ ਇੱਥੇ ਤੁਹਾਨੂੰ 7 ਸਾਲ ਦਾ ਰੀਪੇਮੈਂਟ ਪੀਰੀਅਡ ਵੀ ਮਿਲ ਜਾਏਗਾ ਔਰ ਨਾਲ ਹੀ ਜੇ ਤੁਹਾਨੂੰ ਮੌਰੀਟੋਰੀਅਮ ਚਾਹੀਦਾ ਹੈ ਉਹ ਚਾਹੀਦਾ ਹੀ ਹੈ ਕਿਉਂਕਿ ਤੁਸੀਂ ਨਵਾਂ ਯੂਨਿਟ ਲਗਾ ਰਹੇ ਹੋ ਤਾਂ 2 ਸਾਲ ਤੱਕ ਦਾ ਮੌਰੀਟੋਰੀਅਮ ਪੀਰੀਅਡ ਤੁਹਾਨੂੰ ਮਿਲ ਸਕਦਾ ਹੈ ਔਰ ਦੋਸਤੋ ਐਸੀ ਹੀ ਹੋਰ ਬਹੁਤ ਸਾਰੀ ਇਨਫਰਮੇਸ਼ਨ ਦੇਖਣ ਜਾਣਨ ਦੇ ਲਈ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਜੇ ਤੁਸੀਂ ਚਾਹੁੰਦੇ ਹੋ ਕਿ ਆਨਲਾਈਨ ਐਪਲੀਕੇਸ਼ਨ ਦਾ ਪ੍ਰੋਸੈਸ ਤੁਹਾਨੂੰ ਸਟੈਪ ਬਾਈ ਸਟੈਪ ਪਤਾ ਲੱਗ ਜਾਵੇ ਤਾਂ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਕਿਉਂਕਿ ਬਹੁਤ ਜਲਦ ਤੁਹਾਡੇ ਕੋਲ ਨੋਟੀਫਿਕੇਸ਼ਨ ਆਉਣ ਵਾਲਾ ਏ ਤੁਸੀਂ ਇਸ ਲੋਨ ਨੂੰ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ ਮੇਰੇ ਨਾਲ ਬੈਠੋ ਅਸੀਂ ਅਪਲਾਈ ਕਰਾਂਗੇ ਔਰ ਫਿਰ ਸਿਡਬੀ ਨੂੰ ਕਹਾਂਗੇ ਕਿ ਭਾਈ ਸੈਂਕਸ਼ਨ ਲੈਟਰਸ ਜਰਾ ਜਲਦੀ ਦੇ ਦਿਓ ਨਮਸਕਾਰ ਦੋਸਤੋ